NTSE اور NMMS دی تیاری کر رہے سارے ਵਿਦਿਆਰਥੀਆਂ ਦਾ ਸਾਡੇ ਚੈਨਲ এড્યુਕੇਸ਼ਨਲ ਐਕਟੀਵिटीज फॉर स्टूडेंट्स ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਇਸ ਟਾਪਿਕ ਬਾਰੇ ਡਿਟੇਲ ਨਾਲ سٹڈی ਕਰਾਂਗੇ ਕਲਾਸੀਫਿਕੇਸ਼ਨ ਆਫ ਬਰਵਲਸ ਤੋਂ سٹارٹ ਕਰਦੇ ਹਾਂ ਅਸੀਂ ਅੱਜ ਦਾ ਫਰਸਟ ਕੁਸ਼ਚਨ ਕੁਸ਼ਚਨ ਆ ਗਿਆ ਤੋਂ ਚੂਜ਼ ਦਾ 1 ਵਿਚ ਇਜ਼ ਡਿਫਰੈਂਟ ਫਰੋਮ ਦਾ ਰੈਸ 3 ਜਿਹੜਾ ਬਾਕੀਆਂ ਨਾਲੋਂ ਵੱਖਰਾ ਹੋਵੇ ਉਹ ਲੱਭਣਾ ਹੈ ਆਪਾਂ सो so, अपने को ऑप्शन देती है जुपिटर मार्स अर्थ एंड मून हूँ ये तो थोड़ा सौखा इसका लैवल थोड़ा सौखा सी तो एलीमेंट्री लैवल का सवाल है तो समझ लग गया अपन भी जुपीटर मार्स और अर्थ ये तीनों जोड़े है ये यैनट है और जोड़ा मून है ये यटेलाइट है नैचुरल सैटेलाइट ये डिफरेंट है तो इस असी टिक कर लवोंगे नैक्सट अपने को ओप्शन नंबर ए है लोग की मोटरसाइकिल फ्यूल ਬੁੱਕ ਕਾਪੀ ਰੀਵਰ ਵਾਟਰ ਹੁਣ ਦੇਖੋ ਇਥੇ ਲੋਕ ਜਿਹੜਾ ਹੈ ਉਹ ਕਿਵੇਂ ਖੁੱਲੇਗਾ ਕੀ ਦੇ ਨਾਲ ਮੋਟਰਸਾਈਕਲ ਕਿਵੇਂ ਚੱਲੇਗਾ ਫਿਊਲ ਦੇ ਨਾਲ ਰੀਵਲ ਵਿੱਚ ਕੀ ਹੁੰਦਾ ਹੈ ਪਾਣੀ ਲੇਕਿਨ ਬੁੱਕ ਦੇ ਨਾਲ ਕਾਪੀ ਇਹ ਥੋੜਾ ਜਿਆਦਾ ਡਿਫਰੈਂਟ ਹੋ ਗਿਆ ਬੁੱਕ ਨਾਲ ਅਗਰ ਪੈਨ ਹੁੰਦਾ ਤਾਂ ਗੱਲ ਬਣ ਜਾਂਦੀ ਇਥੇ ਆਪਸ਼ਨ ਨੰਬਰ ਸੀ ਜਿਹੜਾ ਹੈ ਉਹ ਆਪਾਂ ਨੂੰ ਅਲੱਗ ਨਜ਼ਰ ਆ ਰਿਹਾ ਹੈ ਡਿਫਰੈਂਟ ਹੈ ਤਾਂ ਆਪਸ਼ਨ ਨੰਬਰ ਸੀ ਸਾਡਾ ਕਰੈਕਟ ਜਵਾਬ ਆ ਗਿਆ ਤੋਂ ਨੈਕਸਟ ਕੁਐਸਚਨ ਨੰਬਰ 3 ਇਹਦੇ ਚ ਲਿਖਿਆ ਹੈ ਆਪਣੇ ਕੋ ਇਅਰ ਆਇਜ਼ ਥਰੋਟ ਨੋਜ਼ ਹੁਣ ਇਹਦੇ ਵਿੱਚ ਇਅਰ ਦੇ ਨਾਲ ਅਸੀਂ ਸੁਣਦੇ ਆਂ ਆਇਜ਼ ਨਾਲ ਦੇਖਦੇ ਆਂ ਨੋਜ਼ ਨਾਲ ਸੁੰਘਦੇ ਆਂ ਇਹ ਤਿੰਨੇ ਹੀ ਪਹਿਲੀ ਆਪਸ਼ਨ ਦੂਜੀ ਆਪਸ਼ਨ ਉਹ ਚੌਥੀ ਆਪਸ਼ਨ ਇਹ ਕੀ ਹੈ ਸੈਂਸ ਕਰਦੀਆਂ ਹਨ ਸਾਡੀਆਂ ਸੈਂਸ ਆਰਗਨ ਆ ਇਹ ਠੀਕ ਹੈ ਤਾਂ ਲੇਕਿਨ ਥਰੋਟ ਜਿਹੜਾ ਸਾਡਾ ਗਲਾ ਹੈ ਠੀਕ ਹੈ ਇਹ ਸੈਂਸ ਆਰਗਨ ਨਹੀਂ ਹੈ ਤਾਂ ਆਪਸ਼ਨ ਨੰਬਰ ਸੀ ਜਿਹੜਾ ਹੈ ਸਾਡਾ ਉਹ ਕਰੈਕਟ ਜਵਾਬ ਆ ਗਿਆ ਇਹ ਔਡ ਵਨ ਹੈ ਬਾਕੀਆਂ ਨਾਲੋਂ ਅਲੱਗ ਹੈ। ਤੋਂ ਨੈਕਸਟ ਆਪਣੇ ਕੋ ਕੁਐਸਚਨ ਨੰਬਰ 4 ਇਹਦੇ ਵਿੱਚ ਆਪਸ਼ਨ ਦਿੱਤੀ ਹੋਈ ਆਪਾਂ ਨੂੰ A A Z B ਹੈ B y, C ਹੈ C R ਤੇ D ਹੈ D W ਤੋਂ ਧਿਆਨ ਨਾਲ ਦੇਖੀਏ ਫਰਸਟ ਲੈਟਰ ਹੈ ਆਪਣੇ ਕੋ A B C ਤੇ D ਤੋਂ ਇਸ ਤਰ੍ਹਾਂ ਸੈਕੰਡ ਲੈਟਰ ਜਿਹੜਾ ਹੈ ਜਿਵੇਂ ਪਿੱਛੇ ਸ਼ੁਰੂ ਕਰੀਏ W ਇੱਥੇ R ਆ ਗਿਆ ਇੱਥੇ Y Z ਜਿੱਥੇ ਹੁੰਦਾ W ਇੱਥੇ X ਹੁੰਦਾ wxyz तो एभी सिमेट्री बन जानी थी लेकिन इथे r दी जगह x दी जगह r लगा हुआ है तो ਸਾਡੇ ਕੋ ਇਥੇ ਲੱਗਾ ਹੋਇਆ ਹੈ cr तो ਇਹਦਾ ਮਤਲਬ ਜਿਹੜਾ cr ਹੈ ਸਾਡੇ ਕੋ ਬਾਕੀਆਂ ਨਾਲੋਂ ਡਿਫਰੈਂਟ ਹੈ तो ਅਸੀਂ ਇਸ ਨੂੰ ਟਿਕ ਕਰ ਲਵਾਂਗੇ অপਸ਼ਨ ਨੰਬਰ c ਸਾਡਾ கரੈਕਟ ਜਵਾਬ ਆ ਗਿਆ ਕੁਐਸਚਨ ਨੰਬਰ 5 ਇਹਦੇ ਚ ਆਪਾਂ ਨੂੰ ਨਜ਼ਰ ਆ ਰਿਹਾ ਹੈ ਪਹਿਲੀ অপਸ਼ਨ ਹੈ ba ਦੂਜੀ অপਸ਼ਨ ਹੈ yz dc nm ਹੁਣ ਜੇਕਰ ਅਸੀਂ ਧਿਆਨ ਨਾਲ ਦੇਖੀਏ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਇਹ ਜਿਹੜਾ ਅਲਫਾਬੈਟਸ ਹੈ ਉਲਟੇ ਲਿਖੇ ਹੋਏ ਆ ਇਹ a b ਹੁੰਦਾ ਹੈ ਤੇ b a ਲਿਖਿਆ ਹੋਇਆ ਹੈ ਇਸੇ ਤਰ੍ਹਾਂ c d ਦੀ ਜਗ੍ਹਾ t c ਲਿਖਿਆ ਹੋਇਆ ਹੈ m n ਦੀ ਜਗ੍ਹਾ n m ਲਿਖਿਆ ਹੋਇਆ ਹੈ ਲੇਕਿਨ ਇਹ ਜਿਹੜਾ ਹੈ ਇਹਨੂੰ ਉਹਨਾਂ ਨੇ ਸਿੱਧਾ ਲਿਖਿਆ ਹੈ y z ਲਿਖਿਆ ਹੋਇਆ ਹੈ ਤੇ ਇਹ ਬਾਕੀ ਨਾਲੋਂ ਡਿਫਰੈਂਟ ਹੈ ਤਾਂ ਇਹਦਾ ਮਤਲਬ ਇਹ odd one ਹੋ ਗਿਆ ਹੈ ਜਿਸ ਨੂੰ ਅਸੀਂ ਸਿਲੈਕਟ ਕਰਾਂਗੇ ਨੈਕਸਟ ਆਪਾਂ ਨੂੰ ਕੋਸ਼ਣ ਨੰਬਰ 6 ਇਹਦੇ ਵਿੱਚ ਉਸਨੇ ਕਿਹਾ ਹੈ ਚਾਰ ਆਪਸ਼ਨ ਆਪਾਂ ਦਿੱਤੀਆਂ ਹੋਈਆਂ ਹੈ ਤਾਂ ਪਹਿਲੀ ਆਪਸ਼ਨ ਹੈ ਆਪਣੇ ਕੋ ਡਿਸਟੇਸਟ ਇਸ ਨੂੰ ਪਹਿਲਾਂ ਆਪਾਂ ਦੇਖਦੇ ਹਾਂ ਉਹਨਾਂ ਨੇ ਕਿਸ ਤਰ੍ਹਾਂ ਲਿਖਿਆ ਹੈ ਪਹਿਲਾ ਅੱਖਰ ਹੈ ਆਪਣੇ ਕੋ ਡਿਸ ਡੀ ਆਈ ਐਸ ਉਸਨੇ ਐਸ ਆਈ ਡੀ ਤੇ ਇਹਨਾਂ ਨੂੰ ਉਲਟਾ ਕਰ ਦਿੱਤਾ ਉਸ ਤੋਂ ਅੱਗੇ ਹੈ ਲਾਸਟ ਜਿਹੜੇ ਤਿੰਨ ਹੈ ਐਸ ਟੀ ਈ ਉਹਨੇ ਈ ਟੀ ਐਸ ਇਹ ਵੀ ਉਲਟੇ ਕਰ ਦਿੱਤੇ ਜਿਹੜਾ ਵਿਚ ਹੈ ਟੀ ਏ ਇਸ ਨੂੰ ਵੀ ਉਹਨੇ ਏ ਟੀ ਲਿਖ ਲਿਆ उल्टा करता यानी कि पहले तीन और लास्ट तीन भी उल्टे करने बिच घर लिए दो उल्टे करने हैं तो इतने अपने को पहले तीन आ गए गैस गैस का उल्टा हो गया सैग एस ए जी लास्ट तीन जोड़े है वह है आर के एस इत के आर आ गया तो डबल ओ वो है ओ डबल आ गया ये भी समिटरी बन गई ये भी ठीक है तो नैक्सट है अपने को नंबर सीते आउट हाउस ये पहले तीन की है आउट ਇਹਨ ਕਿੱਥੇ ਹੋਣਾ ਚਾਹੀਦਾ ਹੈ T U O ਠੀਕ ਹੈ H O ਦੀ ਜਗ੍ਹਾ ਹੋਣਾ ਚਾਹੀਦਾ ਹੈ O H ਇਹ ਵੀ ਠੀਕ ਹੈ U S E ਦੀ ਹੈ ਹੋਣਾ ਚਾਹੀਦਾ ਹੈ E S U ਇਹ ਵੀ ਠੀਕ ਹੈ ਤੋਂ ਲਾਸਟ ਹੈ ਕਸਟਮਰ C U S S U C ਠੀਕ ਹੈ ਅਗੇ M E R ਦਾ ਲਾਸਟ ਇਹਨਾਂ R E M ਇਹ ਵੀ ਠੀਕ ਹੈ ਇੱਥੇ T O ਹੈ T O ਇੱਥੇ ਵੀ ਦੁਬਾਰਾ T O ਹੀ ਆ ਗਿਆ ਆਉਣਾ ਚਾਹੀਦਾ ਸੀ ਆਪਣੇ ਕੋ O T ਲੇਕਿਨ ਇਹ ਆਪਣੇ ਕੋ ਅਲੱਗ ਹੈ ਬਾਕੀਆਂ ਨਾਲੋਂ ਤੋ ਆਪਸ਼ਨ ਨੰਬਰ ਡੀ ਇਹ ਆਪਣਾ ਕੋ ਬਾਕਿਆ ਨਾਲੋਂ ਡਿਫਰੈਂਟ ਹੈ ਤੋ ਇਸ ਨੂੰ ਅਸੀਂ ਟਿਕ ਕਰਾਂਗੇ ਤੋ ਮੈਨੂੰ ਉਮੀਦ ਹੈ ਕਿ ਸਾਰਿਆਂ ਨੂੰ ਇਹ ਸਵਾਲ ਸਮਝ ਲੱਗਿਆ ਹੋਵੇਗਾ ਤੋ ਨੈਕਸਟ ਕੁਐਸ਼ਨ ਨੰਬਰ 7 ਦੇਖਦੇ ਹਾਂ ਕੁਐਸ਼ਨ ਨੰਬਰ 7 ਦੇ ਵਿੱਚ ਲਿਖਿਆ ਹੈ ਆਪਸ਼ਨ ਨੰਬਰ ਏ ਦਿੱਤੀ ਹੋਈ ਆਪਾਂ ਨੂੰ ਏ ਏ ਬੀ ਬੀ ਸੀ 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 ਡੀ ਡਿਡ ਈ ਤੋ ਇਹ ਥੋੜਾ ਸਾਨੂੰ ਦੇਖ ਕੇ ਹੀ ਪਤਾ ਲੱਗ ਗਿਆ ਕਿ ਇੱਥੇ ਜਿਹੜਾ ਹੈਗਾ ਸੋ অপਸ਼ਨ ਨੰਬਰ A ਚ A ਕੈਪੀਟਲ A ਫਿਰ ਸਮੋਲ A ਲਿਖਿਆ ਹੋਇਆ ਹੈ ਇੱਥੇ C ਔਰ ਸਮੋਲ C ਲਿਖਿਆ ਹੈ D ਵਿੱਚ ਸਮੋਲ D ਲਿਖਿਆ ਹੋਇਆ ਹੈ ਲੇਕਿਨ ਇੱਥੇ B ਦੇ ਨਾਲ C ਆ ਗਿਆ ਕੈਪੀਟਲ B ਨਾਲ ਸਮੋਲ B ਆਣਾ ਚਾਹੀਦਾ ਸੀ ਜਿਹੜਾ ਕਿ ਨਹੀਂ ਆਇਆ ਤਾਂ অপਸ਼ਨ ਨੰਬਰ B ਜਿਹੜਾ ਹੈ ਬਾਕੀਆਂ ਨਾਲੋਂ ਡਿਫਰੈਂਟ ਹੈ ਤੋਂ ਇਸ ਨੂੰ ਅਸੀਂ ਟਿਕ ਕਰਾਂਗੇ ਇਹ ਔਡ ਵਨ ਹੋ ਗਿਆ ਨੈਕਸਟ ਆਪਣੇ ਕੋ ਕੁਐਸਚਨ ਨੰਬਰ 8 ਕੁਐਸਚਨ ਨੰਬਰ 8 ਇਦੇ ਵਿੱਚ ਆਪਾਂ ਨੂੰ ਫਰਸਟ ਆਪਸ਼ਨ ਲਈ ਕਿਹਾ ਹੈ 123 345 678 455 ਹੁਣ ਇਹ ਸਾਰੇ ਨੰਬਰ ਜਿਹੜੇ ਆ ਆਪਾਂ ਨੂੰ ਨਹੀਂ ਸਮਝ ਲੱਗ ਰਿਹਾ ਵੀ ਕਿਸ ਨੂੰ ਅਸੀਂ ਔਡ ਬਣ ਕਹੀਏ ਪਰ ਜਦੋਂ ਅਸੀਂ ਇਸ ਨੂੰ ਧਿਆਨ ਨਾਲ ਦੇਖੀਏ ਅਸੀਂ ਪੈਟਰਨ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਪੈਟਰਨ ਨਜ਼ਰ ਆ ਜਾਏਗਾ ਜਿੱਕਰ ਅਸੀਂ ਪ੍ਰੈਕਟਿਸ ਕੀਤੀ ਹੋਏਗੀ ਤਾਂ ਸਾਨੂੰ ਪ੍ਰੈਕਟਿਸ ਕਰਨ ਦੀ ਬਹੁਤ ਲੋੜ ਹੈ ਤਾਂ ਫਰਸਟ ਸਾਨੂੰ ਨਜ਼ਰ ਆ ਰਿਹਾ ਹੈ 1 2 3 ਨੈਕਸਟ ਹੈ 3 4 5 ਠੀਕ ਹੈ ਸਿਮੇਟਰੀ ਵਿੱਚ ਦਿੱਤਾ ਹੋਇਆ ਹੈ 6 7 8 अगैया फोर फाइव सिक्स लेकिन इतने फोर फाइव फाइव लिखा हुआ है फोर फाइव सिक्स होना चाहिए लेकिन इतने लिखा है फोर फाइव फाइव बाकियों वक्रा हो गया बाकिया एक, -एक बद रहा है ठीक है एक दो तीन तीन चार पाँच छः सत्त अठ इत चार पाँच छः होना चाहिए सी तो सूँ पता लग गया कि ऑप्शन नंबर डी जो बाकियों डिफरेंट है तो यह अपने को डी ऑप्शन जोड़ा है करेक्ट आंसर आ गया क्वेश्चन नंबर नाइन ਇਹਦੇ ਵਿੱਚ ਲਿਖਿਆ ਹੈ 125 100 121 ਔਰ 144 ਇਹ ਥੋੜਾ ਕੁਸ਼ਨ ਥੋੜਾ ਸੋਖਾ ਹੋ ਗਿਆ 10 ਦਾ ਵਰਗ ਹੁੰਦਾ ਹੈ 100 11 ਦਾ ਵਰਗ ਕਿੰਨਾ ਹੁੰਦਾ ਹੈ 121 12 ਦਾ ਵਰਗ ਕਿੰਨਾ ਹੁੰਦਾ ਹੈ 144 125 ਕਿਹਦਾ ਵਰਗ ਹੈ 125 ਕਿਸੇ ਦਾ ਵਰਗ ਨਹੀਂ ਹੈ ਤਾਂ ਇਹਦਾ ਮਤਲਬ ਆਪਸ਼ਨ ਨੰਬਰ A ਜਿਹੜਾ ਹੈ ਔਡ ਵਨ ਹੈ ਡਿਫਰੈਂਟ ਹੈ ਤਾਂ ਇਸ ਨੂੰ ਅਸੀਂ ਪਿਕ ਕਰਾਂਗੇ ਤੋਂ ਸਾਨੂੰ ਵਰਗ ਔਰ ਘਣ ਯਾਨਕਿ स्क्वेयर्स एंड क्यूब्स ਵੀ ਆਣੇ ਚਾਹੀਦੇ ਆ ਠੀਕ ਹੈ ਤੋਂ ਉਹਨਾਂ ਦੀ ਇੱਥੇ ਮੈਟ ਵਿੱਚ ਬਹੁਤ ਲੋਡ ਪੈਂਦੀ ਹੈ ਨੈਕਸਟ ਕੁਐਸਚਨ ਨੰਬਰ 10 ਕੁਐਸਚਨ ਨੰਬਰ 10 ਜਿਹੜਾ ਹੈ ਉਹਦੇ ਚ ਆਪਾਂ ਨੂੰ ਕੋਈ ਇੱਕ ਪੇਅਰ ਆਫ ਨੰਬਰ ਦਿੱਤਾ ਹੋਇਆ ਹੈ 1 1 2 8 3 7, 27 4 16 ਤੋਂ ਇੱਥੇ ਜਿਹੜਾ ਨਜ਼ਰ ਆ ਰਿਹਾ ਹੈ ਹੈ ਉਹ ਇਹ ਹੈ ਕਿ 1 ਦਾ ਕਯੂਬ ਕਿੰਨਾ ਹੁੰਦਾ ਹੈ 1 ਹੁੰਦਾ ਹੈ ਤੋ 1 1 ਆ ਗਿਆ 2 ਦਾ ਕਯੂਬ ਯਾਨੀ ਕਿ 2 2 4 2 2 8 8 ਹੁੰਦਾ ਹੈ ਤੋ ਇਹ 2 8 ਆ ਗਿਆ ਇਸੇ ਤਰ੍ਹਾਂ 3 ਦਾ ਕਯੂਬ 3 3 9 3 3 27 ਹੁੰਦਾ ਹੈ ਤੋ ਇਹ ਵੀ ਠੀਕ ਹੈ ਤੋ 4 ਦਾ ਕਯੂਬ ਕੀ ਹੁੰਦਾ ਹੈ 4 4 16 16 4 64 ਹੁੰਦਾ ਹੈ ਇੱਥੇ ਲਿਖਿਆ 16 ਤੋ ਇਹ ਬਾਕੀਆਂ ਨਾਲ ਡਿਫਰੈਂਟ ਹੋ ਗਿਆ ਸਿਮੈਟਰੀ ਨਹੀਂ ਬਣਦੀ ਪਈ ਤੋ ਅਸੀਂ ਪੈਟਰਨ ਲੱਭ ਲਿਆ ਆਪਸ਼ਨ ਨੰਬਰ ਡੀ ਸਾਡਾ கரੈਕਟ ਜਵਾਬ ਆ ਗਿਆ। ਕੁਐਸਚਨ ਨੰਬਰ 11 99 89 77 65 55 43 33 21 ਹੁਣ ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਇਹ ਧਿਆਨ ਨਾਲ ਦੇਖੀ ਅਗਰ ਇਹ ਚ ਆਪਾਂ ਨੂੰ ਕੀ ਕੀਤਾ ਹੋਇਆ ਹੈ 1 2 3 ਫਿਰ 3 3 4 5 ਫਿਰ 5 5 6 7 ਫੇ 7 9 8 9 ਫਿਰ 9 ਇੱਥੇ ਗੜਬੜ ਹੋ ਗਈ ਬਾਕੀਆਂ ਸਿਮੇਟਰੀ ਬੰਦੀ ਹੈ ਪਿੱਛੋਂ ਗਿਣਤੀ ਸ਼ੁਰੂ ਕੀਤੀ ਹੋਈ ਹੈ 1 2 3 3 4 5 5 6 7 ਇਹਦਾ ਮਤਲਬ ਇਹਦਾ ਮਤਲਬ ਇਹ ਹੋਇਆ ਕਿ ਆਪਸ਼ਨ ਨੰਬਰ A ਸਾਡੇ ਕੋਲ ਡਿਫਰੈਂਟ ਆ ਗਿਆ ਤਾਂ ਆਪਸ਼ਨ ਨੰਬਰ A ਨੂੰ ਅਸੀਂ ਟਿਕ ਕਰਾਂਗੇ ਜਿਹੜਾ ਕਿ ਬਾਕੀਆਂ ਨਾਲੋਂ ਡਿਫਰੈਂਟ ਹੈ ਤਾਂ ਆਪਸ਼ਨ ਨੰਬਰ A ਨੂੰ ਅਸੀਂ ਟਿਕ ਕਰਕੇ ਸਾਡਾ ਜਵਾਬ ਆ ਗਿਆ ਨੈਕਸਟ ਹੈ ਕੁਐਸਚਨ ਨੰਬਰ 12 ਫਰਸਟ ਆਪਸ਼ਨ ਹੈ 3 12 5 30 6 36 8 72 ਤੋਂ ਇੱਥੇ ਆਪਾਂ ਨੂੰ ਅਗਰ ਧਿਆਨ ਨਾਲ ਦੇਖੀਏ ਤਾਂ ਚਾਹੀਦਾ ਕੀ ਹੈ ਆਪਣੇ ਕੋਲ ਜਦੋਂ ਅਸੀਂ ਸਵਾਲ ਨੰਬਰ 12 ਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਪੈਟਰਨ ਸਾਨੂੰ ਨਜ਼ਰ ਆ ਜਾਏਗਾ ਤਾਂ ਪੈਟਰਨ ਜਿਹੜਾ ਇੱਥੇ ਨਜ਼ਰ ਆ ਰਿਹਾ ਹੈ ਉਹ ਹੈ n ਦੀ ਪਾਵਰ 2 n ਜਾਣੇ ਕਿ ਅਗਰ ਪਹਿਲਾ ਮੈਂ 3 ਲੈ ਲਿਆ ਤਾਂ ਇਹ ਬਣ ਗਿਆ 3 ਦਾ ਵਰਗ ਉਹਦੇ ਵਿੱਚ 3 ਜੋੜਨਾ ਹੈ ਐਡ ਕਰਨਾ ਹੈ ਇਹ ਵਰਗਾ 3 ਦਾ ਵਰਗ ਕਿੰਨਾ ਹੁੰਦਾ 9 9 ਔਰ 3 ਕਿੰਨੇ ਹੋਗੇ 12 ਤਾਂ ਇਹਦਾ ਮਤਲਬ 3 ਔਰ 12 ਆ ਗਿਆ ਇਸੇ ਤਰ੍ਹਾਂ 5 5 ਦਾ ਵਰਗ ਕਿੰਨਾ ਹੁੰਦਾ ਹੈ 25 25 ਵਿੱਚ 5 ਹੀ ਜੋੜਨੇ ਆ ਤੇ ਬਣ ਗਿਆ 30 ਇਸੇ ਤਰ੍ਹਾਂ 8 ਦਾ ਵਰਗ ਕਿੰਨਾ ਹੁੰਦਾ ਹੈ 8 8 64 64 ਦੇ ਵਿੱਚ ਫਿਰ ਅਸੀਂ 8 ਹੀ ਜੋੜਨੇ ਆ ਉਹ ਬਣ ਗਿਆ 72 ਠੀਕ ਹੈ ਇਹ ਵੀ ਆ ਗਿਆ ਲੇਕਿਨ ਇੱਥੇ ਗੜਬੜ ਹੈ 6 ਦਾ ਵਰ 36 ਹੁੰਦਾ ਹੈ 6 ਦਾ ਵਰ 36 ਹੋ ਗਿਆ 36 ਚ 6 ਜੋੜੀਏ ਤਾਂ ਇੱਥੇ ਬਣ ਜਾਏਗਾ 42 ਪਰ ਇੱਥੇ ਹੈ 36 ਤੋਂ ਇਹਦਾ ਮਤਲਬ ਆਪਸ਼ਨ ਨੰਬਰ ਸੀ ਜਿਹੜਾ ਹੈ ਬਾਕੀ ਨਾਲੋਂ ਡਿਫਰੈਂਟ ਹੈ ਤੋਂ ਆਪਸ਼ਨ ਨੰਬਰ ਸੀ ਨੂੰ ਅਸੀਂ ਟਿਕ ਕਰ ਲਵਾਂਗੇ ਤੋਂ ਆਪਸ਼ਨ ਨੰਬਰ ਸੀ ਸਾਡਾ ਕਰੈਕਟ ਜਵਾਬ ਆ ਗਿਆ ਨੈਕਸਟ ਹੈ ਕੁਐਸਚਨ ਨੰਬਰ 13 13 ਵਿੱਚ ਲਿਖਿਆ ਹੈ ਡਾਲਰ ਪਾਉਂਡ ਫ੍ਰੈਂਕ ਕਿਊਬਾ ਤੋਂ ਓਡ ਵਨ ਜਿਹੜੀ ਚੀਜ਼ ਹੈ ਉਹ ਕਿਹੜੀ ਹੈ ਹੁਣ ਦੇਖੋ ਡਾਲਰ ਪਾਉਂਡ ਤੇ ਫ੍ਰੈਂਕ ਇਹ ਤਿੰਨੇ ਜਿਹੜੀਆਂ ਹੈ ਚੀਜ਼ਾਂ ਇਹ ਕੀ ਹੈ ਕਰੰਸੀ ਹੈ ਲੇਕਿਨ ਕਿਊਬਾ ਕਿਸੇ ਦੇਸ਼ ਦਾ ਨਾਮ ਹੈ ਤੋਂ ਇਹ ਹੈ ਕਰੰਸੀ ਇਹ ਹੈ ਕਿਸੇ ਦੇਸ਼ ਦਾ ਨਾਮ ਤੋਂ ਇਹਦਾ ਮਤਲਬ ਆਪਸ਼ਨ ਨੰਬਰ ਡੀ ਜਿਹੜਾ ਹੈ ਕਰੈਕਟ ਆਨਸਰ ਆਪਣੇ ਕੋ ਆ ਗਿਆ ਇਸੇ ਤਰ੍ਹਾਂ ਕੁਐਸਚਨ ਨੰਬਰ ਵਿਟਾਮਿਨ A, ਵਿਟਾਮਿਨ B, ਵਿਟਾਮਿਨ C, ਵਿਟਾਮਿਨ D। ਤੋਂ ਇਹਦੇ ਵਿੱਚ ਸਾਨੂੰ ਔਡ ਵਨ ਕਿਹੜਾ ਨਜ਼ਰ ਆਏਗਾ? ਹੁਣ ਸਾਰੇ ਵਿਟਾਮਿਨ ਦਿੱਤੇ ਦੇਤੇ ਉਹਨਾਂ ਨੇ A, B, C, D। ਤੋਂ ਸਾਨੂੰ ਇਹ ਵੀ ਪਤਾ ਹੈ ਕਿ ਵਿਟਾਮਿਨ A, ਉਹ ਵਿਟਾਮਿਨ B, ਔਰ ਵਿਟਾਮਿਨ D ਇਹ ਜਿਹੜੇ ਤਿੰਨ ਵਿਟਾਮਿਨ ਹੁੰਦੇ ਆ ਇਹ ਕੀ ਹੁੰਦੇ ਆ? ਇਹ ਚਰਬੀ ਵਿੱਚ ਘੁਲਣਸ਼ੀਲ ਹੁੰਦੇ ਆ। ਠੀਕ ਹੈ? ਫੈਟ ਸੋਲੀਬਲ ਹੁੰਦੇ ਆ ਇਹ। ਕੀ ਹੁੰਦੇ ਆ ਫੈਟ ਸੋਲੂਬਲ ਯਾਨੀ ਕਿ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਸੀ ਜਿਹੜਾ ਹੈ ਉਹ ਚਰਬੀ ਵਿੱਚ ਨਹੀਂ ਘੁਲਦਾ ਤੋਂ ਇਹ ਬਾਕੀਆਂ ਨਾਲ ਡਿਫਰੈਂਟ ਹੈ ਤੋਂ ਵਿਟਾਮਿਨ ਸੀ ਸਾਡਾ கரੈਕਟ ਆਨਸਰ ਆ ਗਿਆ ਨੈਕਸਟ ਹੈ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਉਹਦੇ ਵਿੱਚ ਲਿਖਿਆ ਹੈ ਫਰੋਗ ਬਲੀਟ ਸਨੇਕ ਹਿਸ ਬੀ ਹਮ ਲੋਇਨ ਰਾਰ ਤੋਂ ਇਹਦੇ ਵਿੱਚ ਆਪਾਂ ਨੂੰ ਪਹਿਲਾ ਐਨੀਮਲਸ ਦਿੱਤੇ ਹੋਏ ਆ ਫਰੋਗ ਸਨੇਕ ਲਾਇਨ ਔਰ ਬੀ ਠੀਕ ਹੈ ਜਾਂ ਆਪਾਂ ਨੂੰ ਵਰਡ ਦਿੱਤਾ ਹੋਇਆ ਹੈ ਲੇਕਿਨ ਨਾਲ ਉਹਨਾਂ ਦੀ ਸਾਊਂਡ ਦਿੱਤੇ ਹੋਏ ਆ ਜਿਹੜਾ ਬੀ ਹੈ ਉਹ ਹੂਮ ਦੀ ਆਵਾਜ਼ ਕਰਦਾ ਹੈ ਸਨੇਕ ਹਿਸ ਦਾ ਸਾਊਂਡ ਕ੍ਰੀਏਟ ਕਰਦਾ ਹੈ ਲਾਇਨ ਜਿਹੜਾ ਹੈ ਉਹ ਦਹਾੜਦਾ ਹੈ ਰਾਉਡ ਕਰਦਾ ਹੈ ਲੇਕਿਨ ਫੁੱਲ ਜਿਹੜਾ ਫਰੋਗ ਹੈ ਉਹ ਬਲੀਟ ਨਹੀਂ ਕਰਦਾ ਬਲੀਟ ਜਿਹੜਾ ਦਾ ਮਤਲਬ ਕੀ ਹੁੰਦਾ ਹੈ ਬਲੀਟ ਦਾ ਮਤਲਬ ਹੁੰਦਾ ਹੈ ਮੈਂ ਮੈਂ ਕਰਨਾ ਜਣ ਕਿ ਜਿਵੇਂ ਸ਼ੀਪ ਕਰਦੀ ਹੈ ਬੱਕਰੀ ਕਰਦੀ ਹੈ ਇਹ ਬੱਕਰੀ ਦੀ ਆਵਾਜ਼ ਹੁੰਦੀ ਹੈ ਠੀਕ ਹੈ ਫਰੋਗ ਦੀ ਆਵਾਜ਼ ਕੀ ਹੁੰਦੀ ਹੈ ਕਰੋਕ ਦੀ ਹੁੰਦੀ ਹੈ ਫਰੋਗ ਬੋਲਦਾ ਹੈ ਕਰੋਕ ਕਰੋਕ ਤਾਂ ਇਹਦਾ ਮਤਲਬ অপਸ਼ਨ ਨੰਬਰ A ਜਿਹੜਾ ਹੈ ਉਹ ਡਿਫਰੈਂਟ ਹੈ ਤਾਂ ਇਸ ਨੂੰ ਅਸੀਂ ਟਿੱਕ ਕਰ ਲਵਾਂਗੇ ਤਾਂ ਇਸ ਤਰ੍ਹਾਂ ਆਪਾਂ ਅੱਜ ਦੀ ਵੀਡੀਓ ਵਿੱਚ ਤੋਂ ਲੈ ਕੇ 15 ਕੁਐਸਚਨਸ ਵੀ ਸੋਲਵ ਕਰਕੇ ਦੇਖਿਆ ਤਾਂ ਇਹ ਸੀ ਸਾਡੇ ਕੋ ਕਲਾਸੀਫਿਕੇਸ਼ਨ ਆਫ ਵਰਬਲ ਤਾਂ ਆਪਾਂ ਨੇ ਅੱਜ ਦੇਖਿਆ ਕਲਾਸੀਫਿਕੇਸ਼ਨ ਆਫ ਵਰਬਲ ਕਿਵੇਂ ਕਰਨੀ ਹੈ ਠੀਕ ਹੈ ਤਾਂ ਐਨਟੀਐਸਸੀ ਔਰ ਐਨਐਮਐਸ ਦੀ ਤਿਆਰੀ ਕਰ ਲੈ ਕਰ ਰਹੇ ਵਿਦਿਆਰਥੀਆਂ ਲਈ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੈ। ਤੋਂ ਨੈਕਸਟ ਵੀਡੀਓ ਵਿੱਚ ਅਸੀਂ ਕਲਾਸਿਫਿਕੇਸ਼ਨ ਆਫ ਨੋਨ ਵਰਬਲ ਦੀ ਗੱਲ ਕਰਾਂਗੇ। ਠੀਕ ਹੈ? ਅੱਜ ਦੀ ਵੀਡੀਓ ਵਿੱਚ ਕਲਾਸਿਫਿਕੇਸ਼ਨ ਆਫ ਵਰਬਲ ਦੀ ਗੱਲ ਕੀਤੀ ਹੈ। ਨੈਕਸਟ ਵਿੱਚ ਅਸੀਂ ਕਲਾਸਿਫਿਕੇਸ਼ਨ ਆਫ ਨੋਨ ਵਰਬਲ ਦੀ ਗੱਲ ਕਰਾਂਗੇ। ਤੋਂ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ, ਸਵਾਲ ਸਮਝ ਲੱਗੇ ਹੈ, ਤੁਸੀਂ ਨੂੰ ਲਾਈਕ ਜ਼ਰੂਰ ਕਰ ਦਿਓ। ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰ ਦਿਓ। ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਹੈ, ਤੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਬਾਕੀ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਹੈਵ ਅ ਨਾਈਸ ਡੇ।